ਗੁੱਸਾ ਕਿੰਨਾ ਕੌਣ ਹੈ? ਨਹੀਂ ਮੈਨੂੰ ਤਾਂ ਬਹੁਤ ਘੱਟ ਆਉਂਦਾ ਹੈਗਾ, ਆਉਂਦਾ ਹੀ ਨਹੀਂ। ਜਦ ਕੋਈ ਬਾਤ ਉੱਤੇ ਗੁੱਸੇ ਕੀਤਾ ਵੀ ਹੱਥ ਹੈ, ਮੈਨੂੰ ਤਾਂ ਆ ਜਾਂਦਾ ਜੀ। ਕਿਹੜੀਆਂ ਗੱਲਾਂ ਤੋਂ ਆ ਜਾਂਦਾ? ਬਸ ਆ ਹੀ ਜਾਂਦਾ, ਇਹਦਾ ਮੈਨੂੰ ਵੀ ਨਹੀਂ ਪਤਾ ਕਦੋਂ ਆ ਜੇ, ਮੈਨੂੰ ਨਹੀਂ ਆਉਂਦਾ। ਬੰਦਾ ਪੀਣਾ ਸਿੱਖ ਜਾਂਦਾ ਨਾ ਗੁੱਸਾ ਵਿਆਹ ਤੋਂ ਬਾਅਦ, ਠੀਕ ਠਾਕ ਹੀ ਆਉਂਦਾ, ਜ਼ਿਆਦਾ ਨਹੀਂ ਆਉਂਦਾ, ਕੰਟਰੋਲ ਤਾਂ ਹੋ ਜਾਂਦਾ। ਮੈਂ ਰੋਣ ਲੱਗ ਜਾਂਦੀ ਹਾਂ ਜਲਦੀ, ਮੈਂ ਬਾਰ ਬਾਰ ਪੁੱਛ ਕੇ ਗੁੱਸਾ ਚੜਾ ਦੇਣਾ। ਕਦੀ ਇੱਦਾਂ ਹੋਇਆ ਕਿ ਨਹੀਂ ਸਹਿਣ ਹੋਇਆ, ਵਰ ਗਏ ਦੁਆਰ ਤੇ ਟਕਰਾ ਮਾਰੀ ਜੀ? ਫਿਰ ਉਹਦੇ ਤਾਂ ਮੋਸਟਲੀ ਪਤੀ ਪਈ ਆਤਾ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ, ਮੈਂ ਨੀਲਮ ਕੁਈਨ, ਤੁਹਾਡਾ ਸਾਰਿਆਂ ਦਾ ਪ੍ਰਾਈਮ ਵਿਊਜ਼ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਕਰਦੇ ਹਾਂ। ਕੈਮਰਾਮੈਨ ਅਸ਼ੋਕ ਸਿੱਧੂ ਨੂੰ ਲੈ ਕੇ ਆ ਚੁੱਕੀ ਹਾਂ ਜੀ ਮੈਂ ਸਿਸਵਾਂ ਡੈਮ। ਪਹਿਲਾਂ ਵੀ ਆਈ ਹਾਂ ਇੱਕ ਦੋ ਵਾਰੀ, ਅਤੇ ਮੈਂ ਸੁਣਿਆ ਕਿ ਸੋਚਿਆ ਕਿ ਮੌਸਮ ਬਹੁਤ ਹੀ ਸੋਹਣਾ, ਅੱਜ ਵੀ ਚੱਲਦੇ, ਡਾਊਟ ਤਾਂ ਇਹ ਵੀ ਸੀਗਾ ਕਿ ਕਿਤੇ ਮੀਂਹ ਨਾ ਪੈਣ ਲੱਗ ਜਾਵੇ, ਲੋਕ ਮਿਲਣ ਨਾ। ਫਿਰ ਮੈਂ ਆਪਣੀ ਡੀਲ ਕਰ ਲਈ ਜੀ ਆਪਣੇ ਕੈਮਰਾਮੈਨ ਦੇ ਨਾਲ, ਕੋਈ ਨਹੀਂ ਜੇ ਲੋਕ ਨਾ ਵੀ ਮਿਲਣਾ ਆਪਾਂ ਘੁੰਮ ਘੁੰਮ ਕੇ ਆ ਜਾਣਾ, ਸ਼ੂਟ ਫਿਰ ਆਉਂਦੇ ਹੋਏ ਕਰ ਲਵਾਂਗੇ, ਪਰ ਲੋਕ ਹੈਗੇ ਨੇ, ਗੱਲਾਂ ਬਾਤਾਂ ਉਹਨਾਂ ਦੇ ਨਾਲ ਜਾ ਕੇ ਕਰਨੀਆਂ। ਸਵਾਲ ਮੇਰਾ ਇਹ ਹੋਊਗਾ ਕਿ ਤੁਹਾਨੂੰ ਗੁੱਸਾ ਕਿੰਨਾ ਕੁ ਆਉਂਦਾ ਆ, ਕਿਹੜੀਆਂ ਗੱਲਾਂ 'ਤੇ ਆਉਂਦਾ, ਕੰਟਰੋਲ ਕਿਵੇਂ ਕਰਦੇ ਹੋ? ਇਹ ਸਵਾਲ ਮੈਂ ਜਾ ਕੇ ਉਹਨਾਂ ਨੂੰ ਪੁੱਛਦੇ ਹਾਂ, ਦੇਖਦੇ ਹਾਂ ਕਿ ਜਾ ਕੇ ਲੋਕਾਂ ਦਾ ਕੀ ਜਵਾਬ ਆਉਂਦਾ ਆ। ਅਖੀਰ ਦੇ ਉੱਤੇ ਮੈਂ ਆਪਣੇ ਬਾਰੇ ਦੱਸੂੰਗੀ ਮੈਨੂੰ ਕਿੰਨਾ ਕੁ ਗੁੱਸਾ ਆਉਂਦਾ ਆ, ਅਤੇ ਮੈਂ ਕੀ ਕਰਦੀ ਹਾਂ ਜੇ ਮੈਨੂੰ ਗੁੱਸਾ ਆਉਂਦਾ ਆ ਉਦੋਂ। ਚੱਲਦੇ ਹਾਂ ਗੱਲਾਂ ਬਾਤਾਂ ਕਰਦੇ ਹਾਂ, ਆ ਜਾਓ। ਕਿੱਦਾਂ ਜੀ, ਠੀਕ ਹੋ? ਵਧੀਆ, ਤੁਸੀਂ ਕਿੱਦਾਂ? ਠੀਕ, ਵਧੀਆ ਜੀ, ਵਧੀਆ, ਇੱਕ ਨੰਬਰ। ਇਹ ਤਾਂ ਹਜੇ ਦੱਸਦਾ ਨਹੀਂ ਹੈ, ਮੈਂ ਤਾਂ ਹੀ ਤੁਹਾਨੂੰ ਪੁੱਛਦਾ ਕਿ ਠੀਕ ਨੇ। ਹਜੇ ਰੋ ਨਹੀਂ ਰਿਹਾ ਨਾ, ਫਿਰ ਠੀਕ ਹੀ ਆ। ਮਤਲਬ ਕਿੰਨਾ ਕੁ ਰੋਂਦਾ ਹੈ? ਵਾਧੂ ਵਾਧੂ। ਅੱਛਾ ਜੀ, ਰਾਤ ਨੂੰ ਇਹ ਉੱਠ ਜਾਵੇ ਜਵਾਕ, ਕੌਣ ਉੱਠਦਾ ਨਾਲ? ਇਹ ਉੱਠਦੀ ਹੈ। ਕਿਉਂ ਨਹੀਂ ਉੱਠਦੇ? ਉੱਠਣਾ ਚਾਹੀਦਾ, ਠਾਲਿਆ ਕਰੋ ਸਭ ਕੋਈ। ਕਿੱਥੋਂ ਦੇ ਹੋ? ਇੱਕ ਵਾਰ ਉਠਾ ਕੇ ਸਵਾ ਦਿੰਦਾ ਨਾ, ਉਸ ਤੋਂ ਬਾਅਦ ਫਿਰ ਇਹਦੀ ਡਿਊਟੀ ਹੈ, ਇਹਨਾਂ ਦੀ ਜ਼ਿੰਮੇਵਾਰੀ ਹੈ। ਸੁਣਿਆ ਕਿੰਨੀ ਦੇਰ ਬਾਅਦ ਸੀਗਾ ਕਿ ਸੁਣਿਆ ਹੀ ਪਹਿਲਾਂ ਕਿ ਮੌਕਾ ਹੀ ਨਹੀਂ ਮਿਲਿਆ? ਸੁਣਿਆ ਵੀ ਇਹਨਾਂ ਨੇ ਦੱਸਿਆ ਕਿ ਇੱਦਾਂ ਕੁਝ ਹੈਗਾ, ਮੈਂ ਕਿਹਾ ਚਲੋ ਜਾਈਏ ਫਰੋਮ ਇੰਸਟਾਗ੍ਰਾਮ। ਅੱਛਾ, ਤੁਹਾਨੂੰ ਪਤਾ ਲੱਗਿਆ ਹੋਣਾ ਕਿ ਸਾਡੇ ਇੱਥੇ ਹੈਗੀ ਨੇੜੇ ਨਾ ਇੱਦਾਂ ਦੀ ਜਗ੍ਹਾ ਘੁੰਮਣ। ਓਕੇ, ਘੁੰਮ ਲਿਆ? ਕਿੱਦਾਂ ਦਾ ਲੱਗਿਆ? ਵਧੀਆ 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 ਲੱਗਿਆ, ਵਧੀਆ ਵਧੀਆ। ਚਲੋ ਜੀ, ਮੈਂ ਤੁਹਾਨੂੰ ਸਵਾਲ ਪੁੱਛਣਾ ਜਿਹੜਾ ਮੇਰਾ ਮੇਨ ਟੌਪਿਕ ਆ ਪ੍ਰੋਗਰਾਮ ਦਾ, ਗੁੱਸਾ ਕਿੰਨਾ ਕੁ ਆਉਂਦਾ ਆ? ਮੈਨੂੰ ਤਾਂ ਬਿਲਕੁਲ ਨਹੀਂ ਆਉਂਦਾ, ਮੈਨੂੰ ਤਾਂ ਇੱਧਰ ਵਾਧੂ ਆਉਂਦਾ ਨਾ, ਤਾਂ ਕਰਕੇ ਕਿਹਾ ਤੁਹਾਨੂੰ ਦੱਸਣ ਲੱਗ ਗਈ, ਮੈਨੂੰ ਤਾਂ ਬਹੁਤ ਆਉਂਦਾ। ਅੱਛਾ, ਮਤਲਬ ਇੱਕ ਤਾਂ ਹੁੰਦਾ ਕਿ ਕੁਛ ਕੁ ਗੱਲਾਂ ਹੁੰਦੀਆਂ, ਫੋਰ ਐਗਜ਼ਾਮਪਲ ਜੋ ਇਹਨਾਂ ਨੂੰ ਤੁਸੀਂ ਬੋਲਿਆ ਹੋਇਆ, ਇਹਨਾਂ ਦੀ ਐਗਜ਼ਾਮਪਲ ਹੀ ਦਿੰਨੀ ਆ, ਜੋ ਤੁਸੀਂ ਇਹਨਾਂ ਨੂੰ ਬੋਲਿਆ ਕਿ ਉਹ ਉਹਨੂੰ ਫੋਲੋ ਨਹੀਂ ਕਰਦੇ ਫਿਰ ਗੁੱਸਾ ਆਉਂਦਾ, ਇੱਕ ਹੁੰਦਾ ਐਵੇਂ ਹੀ ਆ ਜਾਣਾ। ਨਹੀਂ, ਜੇ ਤਾਂ ਫੋਲੋ ਨਹੀਂ ਕਰਦੇ ਤਾਂ ਆਉਂਦਾ, ਇੱਦਾਂ ਤਾਂ ਨਹੀਂ ਆਉਂਦਾ ਕੁਸ਼ਨ, ਐਵੇਂ ਮੈਨੂੰ ਨਹੀਂ ਆਉਂਦਾ ਗੁੱਸਾ ਇਹਨਾਂ ਨੂੰ ਇਹ ਤਾਂ ਐਵੇਂ। ਅੱਛਾ ਠੀਕ ਹੈ, ਤੁਹਾਨੂੰ ਕਦੇ ਨਹੀਂ ਗੁੱਸਾ ਆਉਂਦਾ? ਹਾਂ, ਬਹੁਤ ਘੱਟ, ਬਹੁਤ ਘੱਟ ਆਉਂਦਾ। ਜੇ ਆਉਂਦਾ ਫਿਰ ਕਿੱਦਾਂ ਕੰਟਰੋਲ ਕਰਦੇ? ਬੰਦਾ ਪੀਣਾ ਸਿੱਖ ਜਾਂਦਾ ਨਾ ਗੁੱਸਾ ਵਿਆਹ ਤੋਂ ਬਾਅਦ। ਅੱਛਾ, ਪਹਿਲਾਂ ਪੀਣਾ ਸਿੱਖ ਜਾਂਦਾ, ਬਾਅਦ ਚ ਬੋਲੇ ਗੁੱਸਾ। ਅੱਛਾ, ਤੁਸੀਂ ਗੁੱਸੇ ਤੇ ਫਿਰ ਕਿੱਦਾਂ ਕੰਟਰੋਲ ਕਰਦੇ ਹੋ? ਮੇਰੇ ਤੇ ਨਹੀਂ ਹੁੰਦਾ ਕੰਟਰੋਲ। ਕੀ ਕਰਦੇ ਜਦੋਂ ਗੁੱਸਾ ਹੁੰਦਾ? ਬਹੁਤ ਨਿਕਲਦੀ ਆ ਸਾਰਿਆਂ ਦਾ। ਖਾਣਾ ਨਹੀਂ ਦਿੰਦੇ ਫਿਰ ਬਣਾ ਕੇ? ਨਹੀਂ ਨਹੀਂ, ਐਦਾਂ ਤਾਂ ਨਹੀਂ ਕਰਦੀ। ਕਿੱਦਾਂ ਕਰਦੇ? ਬੋਲ ਬੋਲ ਕੇ, ਬੋਲ ਬੋਲ ਕੇ। ਹਾਂ, ਤੁਸੀਂ ਬੋਲਦੇ ਨਹੀਂ ਹੁਣ, ਅੱਗੇ ਪਿੱਛੇ ਤਾਂ ਸਭ ਬੋਲ ਦਿੰਦੀ ਆ। ਅਸੀਂ ਓਕੇ, ਠੀਕ ਹੈ ਜੀ, ਕੋਈ ਨਹੀਂ, ਇਹਦਾ ਸਟੋਰ ਕਰਕੇ ਵੀ ਰੱਖੀਆਂ ਹੁੰਦੀਆਂ ਨਾ ਗੱਲਾਂ, ਉਹ ਮੌਕੇ ਤੇ ਸਾਰੇ ਕੱਢਦੇ, ਸਾਰੇ ਕੱਢਦੇ। ਅੱਛਾ, ਤੁਹਾਨੂੰ ਕੀ ਲੱਗਦਾ ਕਿ ਗੁੱਸਾ ਕਰਨਾ ਚਾਹੀਦਾ, ਪੀ ਜਾਣਾ ਚਾਹੀਦਾ ਜਾਂ ਕੀ ਕਰਨਾ ਚਾਹੀਦਾ? ਯੈਸ, ਜੋ ਤੁਸੀਂ ਕੀ ਕਹਿੰਦੇ ਹੋ ਉੱਥੇ ਕਰੋ, ਜਿੱਥੇ ਜਾਇਆ ਜਾਏ, ਜਿੱਥੇ ਲੋੜ ਨਹੀਂ ਉੱਥੇ ਕੀ ਲੋੜ ਹੈ, ਕਾਹਨੂੰ ਕਲੇਸ਼ ਕਰਨਾ ਅਸੀਂ? ਅੱਛਾ ਫਿਰ ਠੀਕ ਹੈ, ਫਿਰ ਤਾਂ ਹੀ ਕਰੀ ਜਾਂਦੇ ਹਾਂ ਅਸੀਂ ਵੀ, ਚੱਲੀ ਜਾਂਦਾ ਕੰਮ। ਠੀਕ ਹੈ, ਪਰ ਮੈਨੂੰ ਬਹੁਤ ਚੰਗਾ ਲੱਗਾ ਜੀ ਤੁਹਾਡੇ ਨਾਲ ਗੱਲ ਕਰਕੇ, ਥੈਂਕ ਯੂ। ਹਾਂਜੀ, ਆਜੋ ਆਜੋ ਆਜੋ, ਤੁਸੀਂ ਕਿਹਨੂੰ ਜਾਣਦੇ ਹੋ? ਸਾਡਾ ਬੇਬੀ ਟੈਨਾ ਸਾਹਿਬ ਨੂੰ ਬਹੁਤ ਜਾਣਦੇ ਹੋ? ਓ ਕਾਸ਼ ਟੈਨਾ ਸਾਹਿਬ ਦੇ ਪ੍ਰੋਗਰਾਮ ਵਾਲੇ ਹੈ, ਤੁਸੀਂ ਟੈਨਾ ਸਾਹਿਬ ਨੂੰ ਦੇਖਦੇ ਹੋ? ਹਾਂਜੀ। ਅੱਛਾ, ਇਹਨਾਂ ਨੂੰ ਇਹ ਪਸੰਦ ਕਰਦੇ ਨੇ? ਬਹੁਤ ਪਸੰਦ ਕਰਦੇ ਆ। ਤੁਸੀਂ ਸਾਰੇ ਅਲੱਗ ਅਲੱਗ ਜਗ੍ਹਾ ਤੋਂ ਕਿ ਇੱਕੋ ਜਗ੍ਹਾ ਤੋਂ? ਕੈਨੇਡਾ। ਇੰਡੀਆ ਦੱਸੋ ਹੁਣ ਕਿੱਥੋਂ ਕਿੱਥੋਂ? ਅਸੀਂ ਬੁਢਲਾਡੇ ਤੋਂ। ਠੀਕ ਹੈ ਜੀ, ਤੁਸੀਂ? ਸਾਰੇ ਬੁਢਲਾਡੇ ਤੋਂ। ਅੱਛਾ, ਸਾਰੇ ਉੱਥੇ? ਹਾਂਜੀ, ਮੈਂ ਕੈਨੇਡਾ ਤੋਂ ਹੀ ਸਾਰੇ। ਮੇਰਾ ਪਿੰਡ ਸ਼ਾਲੀ ਜੀ, ਸੰਗਰੂਰ ਜ਼ਿਲ੍ਹਾ। ਅੱਛਾ ਜੀ, ਹਾਂ। ਕੀ ਕਰਦੇ ਹੋ ਤੁਸੀਂ ਉੱਥੇ? ਮੈਂ ਨਰਸ ਆ, ਰਜਿਸਟਰਡ ਨਰਸ। ਹਾਂਜੀ। ਤੁਸੀਂ? ਟੈਕਸੀ। ਤੁਸੀਂ? ਮੈਂ ਫਾਰਮੇਸੀ ਮੈਨੇਜਰ ਜੀ। ਠੀਕ ਹੈ ਜੀ। ਮੈਂ ਕੋਰੀਅਰ ਸੀ। ਮੈਂ ਟੈਕਸ ਆਡੀਟਰ। ਮੈਂ ਬੈਂਕਿੰਗ ਚ।
ਤੁਸੀਂ ਕੀ ਕਰਦੇ ਹੋ? ਇਹ ਸ਼ਰਾਰਤ ਕਰਦਾ। ਓਕੇ ਮੇਰਾ ਜੀ ਅੱਜ ਦਾ ਸਵਾਲ ਇੱਕੋ ਹੀ ਆ, ਇਹ ਤਾਂ ਵੈਸੇ ਸਾਰਿਆਂ ਦੇ ਨਾਲ ਹੀ ਜੁੜਿਆ ਹੋਇਆ ਆ। ਗੁੱਸਾ ਸਾਰਿਆਂ ਨੂੰ ਆਉਂਦਾ, ਕਿਸੇ ਨੂੰ ਘੱਟ, ਕਿਸੇ ਨੂੰ ਵੱਧ, ਤੁਹਾਨੂੰ ਕਿੰਨਾ ਕੁ ਆਉਂਦਾ? ਨਹੀਂ ਮੈਨੂੰ ਤਾਂ ਬਹੁਤ ਘੱਟ ਆਉਂਦਾ ਹੈਗਾ। ਹਾਂਜੀ, ਜਦੋਂ ਘੱਟ ਆਉਂਦਾ ਆ ਕਿਹੜੇ ਹਾਲਾਤ ਹੁੰਦੇ ਜਦੋਂ ਗੁੱਸਾ ਆ ਜਾਂਦਾ? ਜਦੋਂ ਹਸਬੈਂਡ ਨੂੰ ਜ਼ਿਆਦਾ ਆਉਂਦਾ, ਫਿਰ ਉਹਨਾਂ ਨੂੰ ਕੰਟਰੋਲ ਕਰਨ ਲਈ ਆਪਦਾ ਉਹਨਾਂ ਨੂੰ ਤੁਹਾਡੇ ਤੇ ਆ ਜਾਂਦਾ ਹੋਣਾ। ਅੱਛਾ ਫਿਰ ਕਿੱਦਾਂ ਕੰਟਰੋਲ ਕਰਦੇ ਹੋ ਗੁੱਸਾ? ਨਹੀਂ ਫਿਰ ਕੰਟਰੋਲ ਕਰ ਲਈ ਤਾਂ ਫਿਰ ਬੈਲੈਂਸ ਬਣਾਉਣਾ ਪੈਂਦਾ ਲਾਈਫ ਦੇ ਵਿੱਚ। ਫਿਰ ਬੰਦੇ ਤਾਂ ਕਹਿੰਦੇ ਕਿ ਅਸੀਂ ਦੁਖੀ ਆ। ਨਹੀਂ ਨਹੀਂ ਫਿਰ ਇੱਕ ਜਣੇ ਤਾਂ ਝੁਕਣਾ ਪੈਂਦਾ ਹੀ ਹੈ। ਕੌਣ ਝੁਕਦਾ? ਉਹ ਵੀ ਪੁੱਛ। ਜਿਨ੍ਹਾਂ ਨੂੰ ਘੱਟ ਗੁੱਸਾ ਆਉਂਦਾ, ਮੈਨੂੰ ਘੱਟ ਗੁੱਸਾ ਆਉਂਦਾ। ਠੀਕ ਹੈ ਜੀ। ਤੁਹਾਨੂੰ ਕਿੰਨਾ ਕੁ ਆਉਂਦਾ? ਠੀਕ ਠਾਕ ਹੀ ਆਉਂਦਾ, ਜ਼ਿਆਦਾ ਨਹੀਂ ਆਉਂਦਾ। ਨਹੀਂ ਆਉਂਦਾ ਫਿਰ ਕੀ ਕਰਦੇ ਹੋ? ਕੰਟਰੋਲ ਤਾਂ ਹੋ ਜਾਂਦਾ, ਮੈਂ ਰੋਣ ਲੱਗ ਜਾਂਦੀ ਹਾਂ ਜਲਦੀ। ਮੈਨੂੰ ਮੈਂ ਬਸ ਰੋ ਕੇ ਕੱਢ ਲੈਂਦੀ ਹਾਂ। ਅੱਛਾ ਫਿਰ ਸਾਹਮਣੇ ਵਾਲੇ ਜਿਹਦੇ ਤੇ ਗੁੱਸਾ ਆਇਆ ਉਹਨਾਂ ਦਾ ਕੁਛ ਨੀ, ਉਹਨਾਂ ਤੇ ਵਰਦੇ ਨੀ? ਨਹੀਂ ਨਹੀਂ ਇੰਨਾ ਗੁੱਸਾ ਕਦੇ ਆਇਆ ਨਹੀਂ। ਸਾਹਮਣੇ ਕੋਈ ਗਲਤੀ ਕਰ ਦੇਵੇ, ਤੁਸੀਂ ਐਕਸਪੈਕਟ ਵੀ ਨਹੀਂ ਕੀਤੀ ਹੁੰਦੀ, ਫਿਰ ਵੀ ਨਹੀਂ ਗੁੱਸਾ ਆਉਂਦਾ? ਬਹੁਤ ਘੱਟ, ਫਿਰ ਚਲ ਕੋਈ ਨਾ ਠੀਕ ਆ। ਨਹੀਂ ਤਗੜਾ ਮੈਨੂੰ ਤਾਂ ਨੀ ਲੱਗਦਾ ਕਦੇ। ਮੈਨੂੰ ਤਾਂ ਆ ਜਾਂਦਾ ਜੀ। ਕਿਹੜੀਆਂ ਗੱਲਾਂ ਤੋਂ ਆ ਜਾਂਦਾ? ਕਾਮਨ ਹੁੰਦੀਆਂ, ਬਸ ਆ ਹੀ ਜਾਂਦਾ। ਇਹਦਾ ਮੈਨੂੰ ਵੀ ਨੀ ਪਤਾ ਕਦੋਂ ਆ ਜੇ, ਪਰ ਆ ਜਾਂਦਾ। ਸਾਂਭ ਕੇ ਰੱਖਣਾ ਮੈਨੂੰ। ਆ ਜਾਂਦਾ ਉੱਤੇ ਕੰਟਰੋਲ ਕਿੱਦਾਂ ਕਰਦੇ, ਕੀ ਕਰਦੇ ਉਸ ਸਿਚੁਏਸ਼ਨ ਦੇ ਉੱਤੇ? ਇਹ ਤਾਂ ਟਾਈਮ ਟਾਈਮ ਤੇ ਡਿਪੈਂਡ ਕਰਦਾ ਜੀ। ਦੇਖੋ ਫਿਰ ਵੀ ਫੋਰ ਐਗਜ਼ਾਮਪਲ ਘਰ ਵਾਲੀ ਧੀ ਆ ਗਿਆ। ਨਾ ਨਾ ਹਾਰਡ ਟੂ ਐਕਸਪਲੇਨ, ਪਰ ਗੁੱਸਾ ਸਾਂਭ ਲਈਦਾ, ਫਿਰ ਬੈਠ ਜਾਈਦਾ ਪਾਸੇ ਹੋ ਕੇ। ਅੱਛਾ ਚੁੱਪ ਕਰਕੇ ਬੈਠ ਜਾਓ? ਹਾਂ 5 ਮਿੰਟ। ਮਤਲਬ ਚੁੱਪ ਹੀ ਬਹਿਣਾ ਚਾਹੀਦਾ, ਨਹੀਂ ਤਾਂ ਜਦੋਂ ਉਦੋਂ ਉਸੇ ਵੇਲੇ ਰਿਐਕਟ ਕਰ ਦੋ, ਗੱਲ ਵੱਧ ਵੀ ਜਾਂਦੀ ਵੱਧ ਜਾਂਦੀ ਹੈ। ਹਾਂ ਪਰ ਮੈਥੋਂ ਬੋਲੇ ਜਾਂਦਾ ਟਾਈਮ ਤੇ, ਪਤਾ ਨੀ ਇਹ ਬੈਟਰ ਦੱਸ ਸਕਦੇ ਹੁੰਦਾ ਕਿ ਨਹੀਂ। ਮੈਂ ਉਹਨਾਂ ਨੂੰ ਪੁੱਛਦੀ ਤੁਸੀਂ ਬੋਲਦੇ ਪਏ ਸੀ ਤਾਂ ਮੈਂ ਕਿਹਾ ਤੁਸੀਂ ਆਪਣਾ ਹੀ ਪਹਿਲਾਂ। ਨਹੀਂ ਆ ਜਾਂਦਾ ਪਰ ਐਵੇਂ ਲਾਈਕ ਕੰਟਰੋਲ ਹੋ ਜਾਂਦਾ। ਹਾਂ ਅੱਛਾ ਕਈ ਹੁੰਦੇ ਨਾ ਜਿੱਦਾਂ ਇਹਨਾਂ ਨੇ ਕਿਹਾ ਕਿ ਮੈਂ ਸਾਈਡ ਤੇ ਬਹਿ ਜਾਂਦਾ, ਪਰ ਉਹ ਬਾਅਦ ਚ ਦੱਸਿਆ ਇਹਨਾਂ ਨੇ ਕਿ ਮੈਂ ਬੋਲ ਕੇ ਸਾਈਡ ਤੇ ਬਹਿਣਾ। ਕਹਿੰਦੇ ਕਿ ਸ਼ਾਂਤ ਹੋ ਜਾਓ, ਰਿਐਕਟ ਨਾ ਕਰੋ, ਹਨਾ। ਤੁਸੀਂ ਕਿੱਦਾਂ ਕੰਟਰੋਲ ਕਰਦੇ ਜੇ ਮਾੜਾ ਮੋਟਾ ਵੀ ਆਉਂਦਾ? ਚੁੱਪ ਕਰਕੇ, ਹਾਂ ਕੁਆਈਟ ਹੋ ਕੇ, ਯਾ ਬੈਟਰ ਆ। ਐਵੇਂ ਗੁੱਸੇ 'ਚ ਕਈ ਵਾਰੀ ਕੁਛ ਕਿਹਾ ਜਾਂਦਾ ਰਾਈਟ, ਫਿਰ ਉਹ ਗੱਲ ਨਹੀਂ ਕਹਿਣ ਵਾਲੀ ਹੁੰਦੀ। ਸੋ ਇਟਸ ਬੈਟਰ ਆਪਾਂ ਚੁੱਪ ਕਰ ਜਾਈਏ ਫੋਰ ਦਾ ਟਾਈਮ ਬੀਇੰਗ, ਸੋਚ ਕੇ ਆਪਦੇ ਆਪ ਨੂੰ ਰੀਐਨਲਾਈਜ਼ ਕਰ ਲਈਦਾ ਗਾ। ਅੱਛਾ ਜਿੱਦਾਂ ਤੁਸੀਂ ਕਿਹਾ ਕਿ ਮੇਰਾ ਉਸੇ ਵੇਲੇ ਬੋਲ ਹੋ ਜਾਂਦਾ ਆ। ਅੱਛਾ ਸੋਰੀ ਤੁਸੀਂ ਕਿਹਾ ਸੀ ਉਸੇ ਵੇਲੇ ਮੇਰੇ ਤੋਂ ਬੋਲ ਹੋ ਜਾਂਦਾ, ਕਦੀ ਫਿਰ ਐਂ ਹੋਇਆ ਜਦੋਂ ਬੋਲ ਬੋਲ ਕੇ ਤੁਸੀਂ ਸਾਈਡ ਤੇ ਬੈਠੇ ਹੋ ਬਾਅਦ ਚੋਂ ਯਾਰ ਆਹ ਗੱਲ ਤਾਂ ਰਹੇਗੀ ਕਹਿਣ ਵਾਲੀ? ਹਾਂ ਹੋਇਆ, ਇਹ ਹੁੰਦਾ ਸਾਰੇ ਨਾਲ ਹੀ ਹੈ। ਇਹ ਇਹ ਆਈ ਥਿੰਕ ਤੁਸੀਂ ਸਵਾਲ ਤਾਂ ਪੁੱਛਿਆ ਕਿਉਂਕਿ ਤੁਹਾਡੇ ਨਾਲ ਹੋਇਆ ਹੋਇਆ ਇਹ। ਹਾਂ ਮੈਂ ਬਾਅਦ ਚ ਪੂਰੀ ਸਕ੍ਰਿਪਟ ਲਿਖੀ ਹੁੰਦੀ ਯਾਰ ਅਗਲੀ ਵਾਰੀ ਆਹ ਗੱਲ ਕਰਨੀ, ਫਿਰ ਉਹ ਕਹੀ ਵੀ ਨਹੀਂ ਜਾਂਦੀ, ਫਿਰ ਉਹ ਰਹੀ ਜਾਂਦੀ, ਫਿਰ ਉਹ ਰਹੀ ਜਾਂਦੀ। ਟਾਈਮ ਟਾਈਮ ਦੀ ਗੱਲ ਹੈ ਇਹ। ਹਾਂ ਫਿਰ ਉਹ ਰਹੀ ਜਾਂਦੀ, ਉਹ ਬਾਅਦ ਚ ਨਹੀਂ ਕਹੀ ਜਾਂਦੀ। ਤੁਹਾਨੂੰ ਕਦੀ ਇੱਦਾਂ ਰਿਅਲਾਈਜ਼ ਹੋਇਆ ਕਿ ਯਾਰ ਗੁੱਸਾ ਕਰਨਾ ਨਹੀਂ ਚਾਹੀਦਾ, ਤੁਸੀਂ ਕੰਟਰੋਲ ਕਰਦੇ ਪਰ ਅਗਲੀ ਵਾਰੀ ਦੁੱਗਣਾ ਆ ਜਾਂਦਾ? ਨਹੀਂ ਫਿਰ ਹੁਣ ਤਾਂ ਫਰਕ ਹੈ, ਬਸ ਹੁਣ ਸਿਆਣਾ ਹੋ ਜਾਂਦਾ, ਇਦਾਂ ਬੰਦਾ ਉਮਰ ਵਧੀ ਜਾਂਦੀ ਹੈ, ਬੰਦਾ ਸਿਆਣਾ ਹੋ ਜਾਂਦਾ। ਹਾਂ ਫਿਰ ਬੰਦਾ ਰੁਕੀ ਜਾਂਦਾ, ਰੁਕੀ ਜਾਂਦਾ, ਫਿਰ ਲੱਗਣ ਲੱਗ ਜਾਂਦਾ ਕਿ ਗੁੱਸਾ ਕਰਨਾ ਐਵੇਂ ਬੇਕਾਰ ਹੀ, ਇਹਨਾਂ ਨੂੰ ਕਰੋ ਹੀ ਨਾ। ਹਾਂ ਸਰੀਰ ਦਾ ਔਖਾ ਹੁੰਦਾ, ਸਰੀਰ ਯਮੁਨਾਨਗਰ ਜਗਾਧਰੀ ਮੈਂ ਹਾਂਜੀ ਘੁੰਮਣ ਆਏ। ਪਹਿਲੀ ਵਾਰ ਆਏ? ਸੁਣਿਆ ਸੀ ਪਹਿਲਾਂ ਇਹਦੇ ਬਾਰੇ? ਨਹੀਂ ਜੀ। ਕਿੱਦਾਂ ਸੁਣਿਆ ਫਿਰ, ਕਿੱਦਾਂ ਪਤਾ ਲੱਗਾ ਹੈ?
बस मेरे सास लेके आए यहाँ पे घुमाने लेने। किदा लग्या? अच्छा लगा जी बहुत। वधिया लग्या। ओके मैनू ये दसो कि तुहानू गुस्सा किन्ना क आउंदा है? गुस्सा आंदा है जी बहुत बहुत आंदा। हां जी बहुत। अच्छा मैनू ये दसो एक तो हुंदा कि चलो कई चीजा ते गुस्सा आंदा है कि जेडियां तुहानू चीजा पसंद कई हुंदी एवें ही आ जांदा? नहीं जी गुस्सा आता है जब कोई बात होती है गुस्से की तभी आता है। फॉर एग्जांपल बिलकुल सही गल है। छोटी छोटी बात छोटी छोटी गलां इना को गुस्सा बस कभी कभी अच्छा जी तो बहुत ज्यादा गुस्सा आता है उदो तुसी की कर दे हो किद्दा उन्ते कंट्रोल कर दे हो उस सिचुएशन च की कर दे हो? वाह मैडम जी ज्यादा गुस्सा आ जाए ना तो सहन कर लेते हैं बस और क्या जी। सहन करना चाहिए? हाँ जी करना चाहिए जी। कभी इदा होया कि नहीं सहन होया वर गए द्वार ते टकरा मारी जी फिर सर मारे सर जी नुकसान केदा होया? पर कदे कदे अच्छा तुहानू की लगता कंट्रोल करना चाहिए? कंट्रोल करना चाहिए मैम जी क्योंकि नुकसान है। हां जी नुकसान है गुस्से में अपना भी है दूसरे का भी है। पहला ज्यादा आंदा सी कौन ज्यादा आंदा? अब जाता है जितने जी बहुत कौन के ज्यादा बस अब उम्र ज्यादा होगी ना जी जिम्मेवारियां बढ़ गई। चलो कोई नहीं गुस्से ते बंदे नु कंट्रोल करना चाहिए खंड च नहीं सर मारना। नहीं अब नहीं मारता। हां ठीक है चंगा लगा जी मेनू गल करके। ठीक है जी किद्दा जी ठीक हो? बहुत वधिया जी। ਕਿੱਥੋਂ ਦੇ ਹੋ ਤੁਸੀਂ? ਚੰਡੀਗੜ੍ਹ ਤੋਂ। ਬੈਕਗ੍ਰਾਉਂਡ? ਮੈਂ ਬੇਸਿਕਲੀ ਹਰਿਆਣਾ ਤੋਂ। ਹਰਿਆਣਾ ਤੋਂ? ਹਾਂਜੀ। ਮੈਡਮ ਜੀ ਕਿਉਂ ਨਹੀਂ ਆਏ ਇੱਧਰ? ਮੈਡਮ ਜੀ ਸ਼ਰਮਾਉਂਦੇ ਨੇ। ਕਹਿੰਦੇ ਤੁਸੀਂ ਸ਼ਰਮਾਉਂਦੇ? ਤੁਸੀਂ ਕੀ ਕਰਦੇ ਹੋ? ਮੈਂ ਜੀ ਆਰ&ਡੀ ਸਵਰਾਜ ਰਿਸਰਚ ਐਂਡ ਡਿਵੈਲਪਮੈਂਟ ਚ। ਠੀਕ ਹੈ ਜੀ ਤੇ ਇੱਧਰ ਘੁੰਮਣ ਆਏ ਸੀਗੇ ਟਾਈਮ? ਜਸਟ ਪਹਿਲੀ ਵਾਰੀ ਆਏ ਹੋ? ਨਹੀਂ ਨਹੀਂ ਆਉਂਦੇ ਰਹਿੰਦੇ ਹੋ? ਪਹਿਲੀ ਵਾਰ ਆਉਂਦੇ ਰਹਿੰਦੇ। ਕੀ ਵਧੀਆ ਲੱਗਦਾ ਸਭ ਤੋਂ ਜ਼ਿਆਦਾ? ਮੈਮ ਨੇਚਰ। गुस्सा जो सामने उम्मीद मुताबिक नहीं चलता फिर आ जाता है ਮਤਲਬ ਜਿਹੜੀ ਚੀਜ਼ ਤੋਂ ਰੋਕਿਆ ਹੋਵੇ ਜੇ ਬੰਦਾ ਸਾਹਮਣੇ ਵਾਲਾ ਉਹ ਕਰ ਦੇਵੇ ਉਹਦੇ ਤੇ ਜ਼ਿਆਦਾ ਗੁੱਸਾ। ਇੱਕ ਵਾਰ ਸਮਝਾ ਲਿਆ ਦੋ ਵਾਰ ਸਮਝਾ ਲਿਆ ਨਹੀਂ ਹੁੰਦਾ ਤਾਂ ਫਿਰ ਤੁਸੀਂ ਤੀਜੀ ਵਾਰ ਫਿਰ ਆਈ ਜਾਂਦਾ। ਉਹ ਵੀ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ ਡੰਡਾ ਚੱਕ ਲੈਣਾ ਫਿਰ ਉਹ ਤਾਂ ਬਣਦਾ ਹੀ ਹੈ। ਤੇ ਕਿੰਨਾ ਕਹੋਗਾ? ਨਹੀਂ ਉਹ ਤੋਂ ਘੱਟ ਆਉਂਦਾ। ਅੱਛਾ ਮੈਨੂੰ ਇਹ ਦੱਸੋ ਜਦੋਂ ਗੁੱਸਾ ਬਹੁਤ ਜ਼ਿਆਦਾ ਆਉਂਦਾ ਫਿਰ ਕਿੱਦਾਂ ਕੰਟਰੋਲ ਕਰਦੇ ਜਾਂ ਉਸ ਸਿਚੁਏਸ਼ਨ ਨੂੰ? ਕੀ ਫਿਰ ਤਾਂ ਸਾਹਮਣੇ ਵਾਲੇ ਕੰਟਰੋਲ ਕਰੇ ਨਾ ਕਰੋ ਆਪਾਂ ਨਹੀਂ ਕਰਦੇ। ਨਹੀਂ ਕਰਦੇ ਕੀ ਕਰਦੇ ਨੇ ਫਿਰ ਤੁਸੀਂ? नहीं फिर मैनू खुद नहीं पता मैं की करदा बाद च पता लगदा। अच्छा वे करदा बाद च दुख तां लगदा ही है। नहीं देखो पछतावा तां हुंदा। सपोज करो मेरे दो बेटे मैं चंड मार दना गुस्से च ते बाद च फिर यार रियलाइज हुंदा भी नहीं यार शायद मैं गलत है ना। हां भी यार मैनू नहीं करना चाहिदा सी बट जो बीत गया फिर तो तुसी कुछ नहीं कर सकदे। हां सबक लैना मैं उस तो बाद दो टाइम टपा दना है। गुस्सा आया भी यार निकल गए कुछ करे बोलता चल बाहर थोड़ा राउंड लाके आई है बस। हां तुम्हें क्या लगता कि आज दे टाइम दे विच लोका दे अंदर गुस्सा वधिया का कटिया? वधिया जी वधिया। की कारण लगदा? कारण यही है भी गलत खान पान हो गया माहौल नहीं ठीक है। पहला एक दूसरे दा लोग केयर के साथ दंदे सी हुन टेंशन दने है ना ये कुछ है। ठीक है जी। मतलब पहला हुंदा सी भी चलो तू चल रहे यार चल तेन पुश कर दे तू वध अगे है ना ते हुन चल
ਅਸੀਂ ਤੈਨੂੰ ਪੁੱਲ ਕਰਦੇ ਦੇਖਦੇ ਹਾਂ ਪੁੱਲ ਕਰਦੇ ਤੈਨੂੰ ਪਹਿਲਾਂ ਪੁਸ਼ ਕਰਦੇ ਸੀ ਸੋ ਹੈ ਵੀ ਅੱਜ ਕੱਲ ਪਹਿਲਾਂ ਸਾਥ ਦਿੰਦੇ ਸੀ ਹੁਣ ਟੈਨਸ਼ਨ ਦਿੰਦੇ ਆ ਸੋ ਹੈ ਅੱਛਾ ਤੁਹਾਨੂੰ ਕੀ ਲੱਗਦਾ ਕਿ ਜਿੱਦਾਂ ਗੁੱਸਾ ਆਉਂਦਾ ਆ ਉਦੋਂ ਹੀ ਉਹਦੇ ਤੇ ਰਿਐਕਟ ਕਰ ਦੇਣਾ ਚਾਹੀਦਾ ਕਿ ਕੰਟਰੋਲ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ ਕੰਟਰੋਲ ਕਰਨਾ ਚਾਹੀਦਾ ਜੀ ओके okay, मेनू चंगा लगा जी तुहाडे नाल गल करके थैंक यू सो मच सो नाइस ऑफ यू कैसे हो बस सही हूं आप फर्स्ट क्लास अच्छा मैंने जब बोला कि आप भी आ जाओ आपने बोला कि मैं तो साली हूँ साली बात नहीं कर सकती नहीं मुझे लगा कि अभी वो न्यूली मैरिड है ना तो मैं तो ऐसे साइड पे हूँ तो मैंने क्या करना यहाँ पे अरे वो तो अभी नहीं आपके कहने पे रुके अरे क्या होगा नहीं नहीं कोई बात नहीं आ जाओ ओके पंजाबी समझते हो थोड़ी थोड़ी कहाँ से हो मैं बैंगलोर से ओके आप मैं चंडीगढ़ से बैकग्राउंड यहीं का है आपका या आप क्या करते हो मैं प्रोफेसर हूँ क्या पढ़ाते हो मैं फार्मास्यूटिकल केमिस्ट्री आप क्या करते हो मैं एज अ सॉफ्टवेयर इंजीनियर जेपी मॉर्गन में काम करता हूँ ठीक है वहीं बैंगलोर अच्छा मुझे ये बताओ कि यहाँ पहली बार आए हो हाँ फर्स्ट टाइम बहुत बढ़िया सबसे ज्यादा अच्छा क्या लगा खुली सड़कें नो ट्रैफिक और आपको मैं तो यही की हूँ आते हो पहले भी? नहीं नहीं फर्स्ट टाइम है बिल्कुल फर्स्ट टाइम यहाँ पे क्या सुना था इसके बारे में एक्चुअली कुछ नहीं मैंने तो बस ऐसे ही उसमें ना सर्च किया तो ऐसे आया कि हाँ एक किसी ने रैंडमली बोल दिया कि वहाँ जा सकते हो क्योंकि ये न्यूली मैरिड थे तो मैंने कहाँ घुमाऊं चंडीगढ़ में बाकी तो मैंने सब चीजें देखी हुई है तो फिर मैं इसके लिए थोड़ा सा सस्पिशियस थी कि लेके आऊंगी नहीं क्योंकि ये लोग बैंगलोर गए ये पता नहीं बट यहाँ पे आ गए ये लोग मुझे इतना थैंक्स बोल रहे हैं ना कि वाह कहाँ लेके बहुत मतलब मैं भी फर्स्ट टाइम आई हूँ पर मैं अपने बच्चों को भी अब लेके आऊंगी यहाँ पे अच्छा मुझे ये बताओ कि आपको गुस्सा कितना आता है मुझे तो नहीं आता गुस्सा बिल्कुल नहीं आता बिल्कुल भी नहीं कभी नहीं आया पहले आता था बट फिर ध्यान से सोचते सोचते मुझे लगा कि गुस्सा करना फालतू चीज है हाँ? तो फिर मैंने छोड़ दिया गुस्सा करना अच्छा जब भी पहले आता था तो तब भी क्यों आता था क्या रीजंस होते थे इरिटेशन आई गेस किन बातों पे कि मेरी बात नहीं मान रही है हाँ। बस हमें ये बहुत होता है ना कि जो मैं बोलूं सामने वाले को वो माननी ही पड़ेगी एक्सपेक्टेशंस वो नहीं होनी चाहिए नहीं ऐसा तो नहीं मतलब अब तो मैं थोड़ा शादी के बाद कंट्रोल हो गया गुस्सा नहीं नहीं मैंने बहुत पहले ही छोड़ दिया था नहीं 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 ठीक है जी और आपको मुझे तो मोस्टली पति पे ही आता है क्यों लाइक सैटरडे संडे होता है उस दिन वो उठते ही नहीं है उठते ही नहीं है इतने काम होते हैं पेंडिंग्स आए मुझे होता है कि यार उठ जाओ बैड छोड़ दो ये भी काम पड़ा ये भी करा और फिर बच्चों को इतना सारा होमवर्क भी होता है वो सारा यू नो कि वही बस फैमिली मैटर्स छोटे से उस पे आता है अदरवाइज आई एम कूल सैटरडे वाला होता है कि सैटरडे को बस जायज है कि गुस्सा कर रहा है संडे तक वो सारा नॉर्मल हो जाता है अभी आधी हो गई ना अभी करना ही है छोड़ो अभी मैं लेट ही उठूं एक कलेश थोड़ा जरूरी है सैटरडे वाला है। यस बिल्कुल होपफुली ना हो ओके जब भी गुस्सा अभी भी कभी कहीं आता है गुस्सा तो कैसे कंट्रोल करते क्या सिचुएशन होती है तब जब कंट्रोल कर ही नहीं सकते कोई सिचुएशन आउट ऑफ कंट्रोल है तो फिर सोच रहे हैं उसके बारे में तो फिर उसके बाद फिर लगता है छोड़ो इसके बारे में सोच रहा ही नहीं है फिर खत्म गुस्सा और आप जब भी नहीं उठते फॉर एग्जाम्पल फिर मुझे होता है ठीक है यार छोड़ दो खुद ही कर लो पानी गिरा दो नहीं पानी भी नहीं गिरा दो खुद ही वो थोड़ी देर बाद खुद ही सॉर्ट आउट हो जाता है कि ठीक है अब ये तो ऐसे ही ये मम्मी जी का लाडला श्रवण कुमार ये नहीं कुछ करेगा खुद ही कर लो बस फिर हो जाता है सॉर्ट आउट थोड़ी देर बाद घूम लिया आपने यहाँ सारा वापस जा रहे हैं मुझे बहुत अच्छा लगा आपसे बात करके प्राइम व्यूज प्रोग्राम ਤੁਸੀਂ ਦੇਖ ਰਹੇ ਸੀਗੇ ਸਿਸਵਾ ਡੈਮ ਤੇ ਆਏ ਸੀ ਜਿਹੜੇ ਲੋਕ ਇੱਥੇ ਘੁੰਮਣ ਆਏ ਸੀ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਗੁੱਸੇ ਵਾਲਾ ਟੌਪਿਕ ਸੀ ਕਿੰਨਾ ਕੁ ਆਉਂਦਾ ਤਾਂ ਕੀ ਕਰਦੇ ਹੋ ਸਾਰਿਆਂ ਦੇ ਜਵਾਬ ਸੁਣ ਲਏ ਮੈਨੂੰ ਪਹਿਲਾਂ ਬਹੁਤ ਗੁੱਸਾ ਆਉਂਦਾ ਹੁੰਦਾ ਸੀਗਾ ਬੜਾ ਹੀ ਗੰਦੇ ਵਾਲਾ ਗੁੱਸਾ ਆਉਂਦਾ ਸੀ ਹੁਣ ਮੈਂ ਬਹੁਤ ਕੰਟਰੋਲ ਕੀਤਾ ਹੁਣ ਕੁਝ ਕੁ ਮਹੀਨਿਆਂ ਤੋਂ ਨਾ ਮਾਤਰ ਗੁੱਸਾ ਆਉਂਦਾ ਮੈਨੂੰ ਪਤਾ ਨਹੀਂ ਸ਼ਾਇਦ ਆਲਾ ਦੁਆਲਾ ਕਈ ਚੀਜ਼ਾਂ ਤੁਹਾਨੂੰ ਮੋਟੀਵੇਟ ਕਰਦੀਆਂ ਤੇ ਫਿਰ ਤੁਹਾਡਾ ਗੁੱਸੇ ਤੇ ਬਹੁਤ ਕੰਟਰੋਲ ਹੋ ਜਾਂਦਾ ਮੇਰਾ ਵੀ ਹੋਇਆ ਮੈਨੂੰ ਲੱਗਦਾ ਕਿ ਵਧੀਆ ਗੱਲ ਆ ਗੁੱਸਾ ਨਹੀਂ ਕਰਨਾ ਚਾਹੀਦਾ ਜੇ ਆਉਂਦਾ ਵੀ ਕਿਸੇ ਗੱਲ ਤੇ ਕਿਸੇ ਬੰਦੇ ਤੇ ਜਾਂ ਕਿਸੇ ਵੀ ਸਿਚੁਏਸ਼ਨ ਤੇ ਤਾਂ ਕੰਟਰੋਲ ਹੀ ਕਰ ਲੈਣਾ ਚਾਹੀਦਾ ਕਿਉਂਕਿ ਜੇ ਉਹ ਰਿਐਕਸ਼ਨ ਹੁੰਦਾ ਹਮੇਸ਼ਾ ਬੈਡ ਹੀ ਹੁੰਦਾ ਗੁੱਸਾ ਕਿਸੇ ਦਾ ਵੀ ਨਹੀਂ ਚੰਗਾ ਹੁੰਦਾ ਹਰ ਕਿਸੇ ਦਾ ਗੁੱਸਾ ਮਾੜਾ ਹੀ ਹੁੰਦਾ ਬਾਕੀ ਜੇ ਤੁਸੀਂ ਇਸ ਵੀਡੀਓ ਨੂੰ ਯੂਟਿਊਬ ਦੇ ਉੱਤੇ ਦੇਖ ਰਹੇ ਹੋ ਤਾਂ ਕਮੈਂਟ ਕਰਕੇ ਆਪਣਾ ਜਵਾਬ ਦਿਓ ਤੁਹਾਡਾ ਕੀ ਕਹਿਣਾ ਇਸ ਟੌਪਿਕ ਦੇ ਬਾਰੇ ਜੇ ਪ੍ਰੋਗਰਾਮ ਵਧੀਆ ਲੱਗਿਆ ਇਹਨੂੰ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਹੁਣ ਮੈਨੂੰ ਨੀਲਮ ਕੁਈਨ ਨੂੰ ਦੋ ਇਜਾਜ਼ਤ ਤੁਸੀਂ ਦੇ ਦਿਓ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਟੇਕ ਕੇਅਰ ਬਾਏ ਸਤਿ ਸ਼੍ਰੀ ਅਕਾਲ